ਉਸ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਸਾਫ਼ ਸਾਫ਼ ਕਹਿੰਦੇ ਹਨ, ਰਸ ਘੋੜੇ ਰਸ ਸੇਜਾ, ਮੰਦਰ ਰਸ ਮੀਠਾ ਰਸ ਮਾਸ, ਘੋੜਿਆਂ ਦਾ ਸ਼ੌਂਕ, ਨਰਮ ਨਰਮ ਬਿਸਤਰੇ ਤੇ ਸੋਹਣੇ ਮਹਿਲ ਮਾੜੀਆਂ ਦਾ ਲਾਲਚ, ਮਿੱਠੇ ਪਦਾਰਥਾਂ ਤੇ ਮਾਸ ਖਾਣ ਦਾ ਚਸਕਾ, ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਜਿਹੜੇ ਇਨਸਾਨ ਦੇ ਸਰੀਰ ਨੂੰ ਇੰਨੇ ਚਸਕੇ ਲੱਗੇ ਹੋਣ ਤਾਂ ਉਸ ਇਨਸਾਨ ਦੇ ਹਿਰਦੇ ਵਿੱਚ, ਉਸ ਇਨਸਾਨ ਦੇ ਸਰੀਰ ਵਿੱਚ ਪਰਮਾਤਮਾ ਦਾ ਨਾਮ ਕਿਸ ਤਰ੍ਹਾਂ ਹੋ ਸਕਦਾ ਹੈ? ਕਬੀਰ ਸਾਹਿਬ ਕਹਿੰਦੇ ਹਨ, ਜੋ ਸਭ ਮਹਿ ਏਕ ਖੁਦਾਏ ਕਹਤ ਹਉ ਤੋ ਕਿਉਂ ਮੁਰਗੀ ਮਾਰੇ। ਓਏ ਮੁੱਲਾ, ਜੇ ਤੂੰ ਆਖਦਾ ਹੈ ਕਿ ਖੁਦਾ ਸਭ ਜੀਵਾਂ ਵਿੱਚ ਮੌਜੂਦ ਹੈ ਤਾਂ ਉਸ ਰੱਬ ਅੱਗੇ ਕੁਰਬਾਨੀ ਦੇਣ ਲਈ ਮੁਰਗੀ ਨੂੰ ਕਿਉਂ ਮਾਰਦਾ ਹੈ? ਕਬੀਰ ਜੀ ਤਾਂ ਇਹ ਵੀ ਕਹਿੰਦੇ ਹਨ, ਕਬੀਰ ਖੂਬ ਖਾਣਾ ਖਿਚੜੀ ਜਾਂ ਮਹਿ ਅੰਮ੍ਰਿਤ ਲੂਣ। ਹੇ ਕਬੀਰ, ਖਿਚੜੀ ਖਾ ਲੈਣੀ ਚੰਗੀ ਹੈ ਜਿਸ ਵਿੱਚ ਸਿਰਫ ਹਲਕਾ ਜਿਹਾ ਲੂਣ ਸਵਾਦ ਵਾਸਤੇ ਪਾਇਆ ਹੋਵੇ। ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ? ਮੈਂ ਤਾਂ ਇਸ ਗੱਲ ਵਾਸਤੇ ਤਿਆਰ ਨਹੀਂ ਕਿ ਮਾਸ ਰੋਟੀ ਖਾਣ ਦੀ ਨੀਅਤ ਮੇਰੀ ਆਪਣੀ ਹੋਵੇ ਤੇ ਕੁਰਬਾਨੀ ਦੇ ਨਾਮ ਤੇ ਨਿਰਦੋਸ਼ ਪਸ਼ੂ ਦਾ ਮੈਂ ਗਲਾ ਵੜਦਾ ਫਿਰਾਂ।